ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਰਾਮ ਰਾਮ। ਮੈਂ ਜਸਬੀਰ ਸਿੰਘ ਲਾਡੀ, ਪਾਰਸ਼ਦ ਵਾਰਡ 21 ਤੋਂ। ਕੱਲ ਇੱਕ ਵੀਡੀਓ ਵਾਇਰਲ ਹੋਈ ਹੈ, ਸ਼ਾਮ ਨੂੰ ਰਾਤ ਨੂੰ ਮੈਂ ਇੱਕ ਸ਼ੋਟ ਚਲਾਇਆ, ਬੰਬ ਆਤਿਸ਼ਬਾਜ਼ੀ, ਉਹ ਬੀਜੇਪੀ ਦੇ ਝੰਡੇ ਨਾਲ ਅੱਗ ਲਾ ਕੇ ਚਲਾਏ ਤੇ ਉਹਨਾਂ ਦੇ ਵਿੱਚ ਕਈ ਬੀਜੇਪੀ ਅੰਧ ਭਗਤਾਂ ਨੂੰ ਬੜੀ ਪ੍ਰੋਬਲਮ ਆ ਗਈ ਵੀ ਸਾਡਾ ਝੰਡਾ ਜਲਾਦਾ, ਸਾਡੀ ਇੰਸਲਟ ਕਰਦੇ। ਜਦੋਂ ਤੁਸੀਂ 700 ਕਿਸਾਨਾਂ ਦੀ ਲਾਸ਼ਾਂ ਜਲਵਾਈਆਂ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਯੂਪੀ ਦੇ ਵਿੱਚ, ਜਦੋਂ ਤੁਸੀਂ ਪਹਿਲਵਾਨਾਂ ਬੇਟੀਆਂ ਨਾਲ ਧੱਕਾ ਕੀਤਾ, ਰੇਪ ਕੀਤਾ, ਸ਼ੋਸ਼ਣ ਕੀਤਾ, ਤੁਹਾਡਾ ਮੰਤਰੀ ਜਿਹਨੂੰ ਟਿਕਟ ਦਿੱਤੀ ਤੁਸੀਂ MP ਦੀ, ਉਹ 2000 ਵੀਡੀਓ ਬਣਾ ਕੇ ਰੇਪ ਕਰਕੇ ਬਾਹਰ ਦੌੜ ਗਿਆ ਜਦੋਂ ਨੀ ਤੁਹਾਨੂੰ ਦਰਦ ਹੋਇਆ। ਤੁਸੀਂ ਮਣੀਪੁਰ ਜਲਾਇਆ ਜਦੋਂ ਤੁਹਾਨੂੰ ਤਕਲੀਫ਼ ਨੀ ਹੋਈ, ਤੇ ਅਗਰ ਮੈਂ ਝੰਡਾ ਚਲਾਇਆ ਤੁਹਾਨੂੰ ਤਕਲੀਫ਼ ਹੋਈ। ਦੇਸ਼ ਦੀ ਸੋਚੋ, ਝੰਡੇ ਨਾ ਸੋਚੋ, ਝੰਡੇ ਆਣਗੇ ਜਾਣਗੇ, ਤਿਰੰਗੇ ਦੀ ਸੋਚੋ, ਤਿਰੰਗੇ ਦੀ ਆਣ ਬਾਣ ਸ਼ਾਨ ਨੂੰ ਰੱਖੋ। ਤੁਸੀਂ ਹਿੰਦੂ ਮੁਸਲਿਮ ਦੇ ਨਾਂ ਤੇ ਪੂਰਾ ਦੇਸ਼ ਜਲਾਇਆ 10 ਸਾਲ, ਜਦ ਤੁਹਾਨੂੰ ਸ਼ਰਮ ਨਹੀਂ ਆਈ ਤੁਸੀਂ ਮੈਨੂੰ ਕਹਿੰਦੇ ਹੋ ਮੈਂ ਝੰਡਾ ਜਲਾਇਆ, ਤੇ ਗੁਸਤਾਖੀ ਮਾਫ਼, ਕਿਸੇ ਨੂੰ ਬੁਰਾ ਲੱਗਿਆ ਹੋਏ, ਪਰ ਜਿਹੜਾ ਸਾਡੇ ਦੇਸ਼ ਦੇ ਨਾਲ, ਦੇਸ਼ ਦੀ ਜਨਤਾ ਨਾਲ ਧੱਕਾ ਕਰੇਗਾ ਉਹਦਾ ਇਹੀ ਹਸ਼ਰ ਹੋਏਗਾ ਜੋ ਚੰਡੀਗੜ੍ਹ ਵਿੱਚ ਕੱਲ੍ਹ ਹੋਇਆ, ਤੇ ਸਾਨੂੰ ਲੋਕਤੰਤਰ ਵਿੱਚ ਨੇ ਕੱਲ੍ਹ ਜਿਤਾਇਆ, ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਚੰਡੀਗੜ੍ਹ ਦੀ ਜਨਤਾ ਦਾ।